ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਉਹ ਤੁਹਾਨੂੰ ਅੱਜ ਦੋ ਬਜ਼ੁਰਗਾਂ ਦੀ ਕਹਾਣੀ ਦੱਸਦੇ ਆ ਤੇ ਦੋ ਬਜ਼ੁਰਗ ਨਾ ਬੈਠੇ ਹੁੰਦੇ ਆ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ ਲੈਂਦੇ ਤੇ ਇੱਕ ਬਜ਼ੁਰਗ ਦੂਜੇ ਨੂੰ ਕਹਿੰਦਾ ਹਾਂ ਬਈ ਸੁਣਾ ਕਿਦਾਂ ਤੇਰੇ ਘਰ ਪਰਿਵਾਰ ਦੇ ਵਿੱਚ ਕੀ ਹਲਚਲ ਆ ਕਿਦਾਂ ਨਵੇਂ ਪੁੱਤ ਤੇਰੀ ਸੇਵਾ ਕਰਦੇ ਆ ਤੇ ਉਹ ਕਹਿੰਦਾ ਹਾਂ ਸੇਵਾ ਚੱਲੀ ਜਾਂਦੀ ਆ ਇਦਾਂ ਹੀ ਮਾੜੀ-ਮੋਟੀ ਚਲੋ ਵਧੀਆ ਗੁਜ਼ਾਰਾ ਪਾਣੀ ਹੋਈ ਜਾਂਦਾ ਉਹ ਤਾਂ ਕਹਿੰਦਾ ਤੂੰ ਦੱਸ ਤੇਰਾ ਕਿਦਾਂ ਉਹ ਕਹਿੰਦਾ ਮੇਰੀ ਤੂੰ ਕਹਾਣੀ ਸੁਣਨੀ ਹੈ ਲੈ ਸੁਣ ਫਿਰ ਉਹ ਆਪਣੇ ਦੋਸਤ ਨੂੰ ਬਜ਼ੁਰਗ ਦੂਸਰਾ ਜਿਹੜਾ ਉਹ ਸੁਣਾਉਂਦਾ ਵਾ ਟੇਬਲ ਦੇ ਵਿੱਚ ਆਪਣੀ ਸਾਰੀ ਹੱਡ ਬੀਤੀ ਕਹਿੰਦਾ ਇੱਕ ਦਾਇਆ ਦਾਇਆ ਖੇੜ ਕੇ ਗਵਾਇਆ ਦੋ ਦਾਇ ਵੀ ਸਮਝ ਆ ਗਈ ਤਿੰਨ ਦਾਇਆ 30 ਮੰਗੇ ਪੁੱਤ ਤੇ ਮਿਲ ਗਈ ਤੀ 4 ਦਾ 40 ਗਲ ਚ ਪੈ ਗਈ ਪੰਜਾਲੀ 55 ਦਾ 50 ਗਲ ਚ ਪੈ ਗਿਆ ਫਾ 60 ਦਾ 60 ਬਾਪੂ ਫੜਲੀ लाठी ਹੱਥ 70 ਦਾ 70 ਬਾਪੂ ਹੋ ਗਿਆ 71 72 80 ਦਾ 80 ਬਾਪੂ ਮੰਗੇ ਦੁੱਧ ਤੇ ਗਾੜੀਆਂ ਮਿਲਦੀ ਲੱਸੀ 90 ਨਾ 90 ਨਵਾਂ ਪੁੱਤ ਕਹਿਣ ਬਾਪੂ ਹੁਣ ਤੇਰੇ ਮੂੰਹੋਂ ਗੱਲ ਨਾ ਕੋਈ ਫੱਬੇ 100 ਦਾ 100 ਹੁਣ ਸਾਰੇ ਕਹਿੰਦੇ ਸਾਡੇ ਕਦੋਂ ਲਵੇਂਗਾ ਗਲੋਂ ਲੋ